ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਸਰਕਾਰੀ ਕਿਰਤੀ ਕਾਲਜ ਨਿਆਲ ਦੇ ਨਾਲ ਲੱਗਦੇ ਛੱਪੜ ਕਾਰਨ ਕਾਲਜ ਦੀ ਦਿੱਖ ਖਰਾਬ। ਪਾਤੜਾ ਦੇ ਪਟਿਆਲਾ ਮੁੱਖ ਮਾਰਗ ਤੇ ਪਿੰਡ ਨਿਆਲ ਦੇ ਨਾਲ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਵੱਲੋਂ ਬਣਾਏ ਗਏ ਸਰਕਾਰੀ ਕਿਰਤੀ ਕਾਲਜ ਦੇ ਇਲਾਕੇ ਦਾ ਮੋਰੀ ਕਾਲਜ ਬਣ ਗਿਆ ਹੈ। ਪੰਤੂ ਕਾਲਜ ਦੇ ਨਾਲ ਲੱਗਦੇ ਬਣੇ ਛੱਪੜ ਕਾਰਨ ਕਾਲਜ ਦੀ ਦਿੱਖ ਨੂੰ ਖਰਾਬ ਕਰ ਰਹੇ ਇਸ ਛੱਪੜ ਦੇ ਸੁਧਾਰ ਦੇ ਲਈ ਕੋਈ ਕਦਮ ਨਾ ਚੁੱਕੇ ਜਾਣ ਕਾਰਨ ਵਿਦਿਆਰਥੀਆਂ 'ਚ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ। ਨੌਜਵਾਨ ਪਾਲ ਸਭਾ ਦੇ ਆਗੂ ਦਵਿੰਦਰ ਛਬੀਲਪੁਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਛੱਪੜ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਪਾਤੜਾ ਤੋਂ ਸਤਪਾਲ ਗਰਗ ਦੀ ਰਿਪੋਰਟ। ਇਹ ਛੱਪੜ ਹੈ ਜਿਹੜਾ ਆਪਣਾ ਨਿਆਲ ਪਿੰਡ ਦਾ ਛੱਪੜ ਹੈ ਜੀ, ਜਿਹੜਾ ਕਿ ਕਿਰਤੀ ਕਾਲਜ ਨਿਆਲ ਆ ਉਹਦੀ ਜਗ੍ਹਾ ਦੇ ਵਿੱਚ ਬਣਿਆ ਹੋਇਆ। ਇਹਦੇ ਵਿੱਚ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ। ਜਿਵੇਂ ਦੇਖਣਾ ਹੋਵੇ ਤਾਂ ਕਿਰਤੀ ਕਾਲਜ ਨਿਆਲ ਦਾ ਜਿਹੜਾ ਖੇਡ ਗਰਾਊਂਡ ਆ ਉਹ ਖੇਡ ਗਰਾਊਂਡ ਆ, ਖੇਡਣ ਯੋਗ ਹੀ ਨਹੀਂ ਬਣਾਇਆ ਹੋਇਆ। ਉਹਦੇ ਵਿੱਚ ਘਾਹ ਏ, ਵਿੱਚੇ ਛੱਪੜ ਆਉਂਦਾ ਏ, ਛੱਪੜ ਦੇ ਨਾਲ ਨਾ ਉੱਥੇ ਸਟੇਡੀਅਮ ਆ। ਵਿਦਿਆਰਥੀ ਨੇ ਜਿਹੜੇ ਉਹ ਆਪਣੇ ਜਿਹੜੇ ਪਿੰਡਾਂ ਦੇ ਗਰਾਊਂਡ ਨੇ ਸ਼ਾਮ ਨੂੰ ਉੱਥੇ ਤਿਆਰੀ ਕਰਦੇ ਨੇ। ਕਾਲਜ ਤਾਂ ਆਉਂਦੇ ਨੇ ਵਿਦਿਆਰਥੀ, ਪੁਖਤਾ ਜਿਹੜੇ ਆਪਣਾ ਫਿਜ਼ੀਕਲ ਦਾ ਉਹਦਾ ਵੀ ਪ੍ਰਬੰਧ ਕਰਕੇ ਆਉਂਦੇ ਨੇ, ਬੂਟ ਪਾ ਕੇ ਆਉਂਦੇ ਨੇ। ਹਾਂਜੀ, ਇਹਦਾ ਸੰਭਾਵਿਕ ਆ ਵੀ ਜਿੱਥੇ ਗੰਦਾ ਪਾਣੀ ਇਕੱਠਾ ਹੋਊਗਾ ਉੱਥੇ ਮੱਛਰ ਪੈਦਾ ਹੋਣਗੇ, ਜਿਹਦੇ ਨਾਲ ਵਿਦਿਆਰਥੀ ਵੀ ਆਉਂਦੇ ਨੇ ਕਾਲਜ 'ਚ ਪਰ ਮੱਛਰ ਆਪਣਾ ਜਿਹੜਾ ਛੱਪੜ ਆ ਕਾਲਜ ਦੇ ਬਿਲਕੁਲ ਨਾਲ ਲੱਗਦਾ। ਜਦੋਂ ਵਿਦਿਆਰਥੀ, ਅਸੀਂ ਖੁਦ ਇੱਥੋਂ ਦੇ ਵਿਦਿਆਰਥੀ ਹਾਂ, ਅਤੇ ਜਦੋਂ ਅਸੀਂ ਬੈਠਦੇ ਹਾਂ ਤਾਂ ਇੱਥੇ ਸਾਨੂੰ ਬਦਬੂ ਵੀ ਆਉਂਦੀ ਆ ਗੰਦੀ ਕਾਲਜ 'ਚ। ਜਿੱਦਾਂ ਕਿ ਸਾਡਾ ਜਦੋਂ ਅਸੀਂ ਖੇਡ ਗਰਾਊਂਡ 'ਚ ਆਉਂਦੇ ਹਾਂ ਤਾਂ ਇੱਧਰ ਵੀ ਆਉਣ ਨੂੰ ਜੀ ਨਹੀਂ ਕਰਦਾ, ਕਿਉਂਕਿ ਉਹਦੀ ਬਹੁਤ ਸਾਰੀ ਗੰਦਗੀ ਆ, ਪਿੰਡ ਦੇ ਲੋਕ ਵੀ ਪਰੇਸ਼ਾਨ ਹੁੰਦੇ ਨੇ। ਸਰਕਾਰ ਇਹਦਾ ਪੁਖਤਾ ਪ੍ਰਬੰਧ ਕਰੇ। ਦੇਖੋ ਜੀ, ਇਹਦਾ ਆਮ ਪਿੰਡ ਦਾ ਪਾਣੀ ਆਉਂਦਾ ਇਹਦੇ 'ਚ, ਪਿੰਡ ਦੇ ਲੋਕਾਂ ਨੂੰ ਨਾਲ ਲੈ ਗਈ ਆ। ਜੇ ਪਿੰਡ ਦੇ ਲੋਕ ਵੀ ਨਾਲ ਤੁਰਨਗੇ, ਉਹ ਚਾਹੇ ਵਿਦਿਆਰਥੀ ਨੇ, ਪਿਛਲੇ ਦਿਨ ਇੱਥੇ ਸਿੱਖਿਆ ਮੰਤਰੀ ਮੀਦੇਰ ਆਏ ਸੀ ਕਾਲਜ 'ਚ, ਵਿਦਿਆਰਥੀਆਂ ਵੱਲੋਂ ਵੀ ਉਹਨਾਂ ਨੂੰ ਮਿਲਿਆ ਗਿਆ। ਪਿੰਡ ਆਪਣੇ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਕਾਲਜ ਦੇ, ਉਹਨਾਂ ਨੇ ਵੀ ਮੰਗ ਪੱਤਰ ਦਿੱਤਾ ਆਪਣਾ ਮੀਤਹਿਰ ਨੂੰ। ਉਹ ਸਿੱਖਿਆ ਮੰਤਰੀ ਸੀ, ਦੌਰੇ 'ਤੇ ਆਏ ਸੀ, ਉਹਨਾਂ ਨੂੰ ਦੱਸਿਆ ਗਿਆ ਸੀ ਵੀ ਇੱਥੇ ਛੱਪੜ ਆ ਜਿਹੜਾ ਉਹਨੂੰ ਪੂਰ ਕੇ ਇਹ ਛੱਪੜ ਦੀ ਬਜਾਏ ਕਿਤੇ ਹੋਰ ਜਿਹੜੇ ਪਿੰਡ ਦਾ ਪਾਣੀ ਆ ਨਿਆਲ ਪਿੰਡ ਦਾ ਉਹਦਾ ਕਿਤੇ ਪ੍ਰਬੰਧ ਹੋਰ ਕੀਤਾ ਜਾਵੇ। ਅਸੀਂ ਪਿੰਡ 'ਚ ਕਿਸੇ ਵੀ ਪਿੰਡ 'ਚ ਵੜਦੇ ਹਾਂ, ਲੋਕ ਪਿੰਡ ਤੋਂ ਜੱਜਮੈਂਟ ਕਰ ਲੈਂਦੇ, ਪਿੰਡ ਦੀ ਸਾਫ਼ ਸਫਾਈ ਤੋਂ ਉਸ ਪਿੰਡ ਨੂੰ ਜੱਜਮੈਂਟ ਕਰ ਲੈਂਦੇ ਨੇ ਵੀ ਇਹ ਪਿੰਡ ਕਿਵੇਂ ਦਾ। ਹੁਣ ਜੇ ਅਸੀਂ ਪਿੰਡ 'ਚ ਵੜਾਂਗੇ, ਪਿੰਡ 'ਚ ਸਾਫ਼ ਸਫਾਈ ਹੋਊਗੀ ਤਾਂ ਲੋਕ ਕਹਿਣਗੇ ਵੀ ਜੇ ਪਿੰਡ ਦੇ ਬਾਹਰ ਸਾਫ਼ ਸਫਾਈ ਆ ਤਾਂ ਪਿੰਡ ਦੇ ਅੰਦਰ ਵੀ ਹੋਊਗੀ। ਜਦੋਂ ਲੋਕ ਇੱਥੋਂ ਦੀ ਵੱਡਾ ਰੋਡ ਲੰਘਦਾ, ਜਦੋਂ ਲੋਕ ਜਾਂਦੇ ਨੇ, ਉਹ ਜਦੋਂ ਸਭ ਤੋਂ ਪਹਿਲਾਂ ਇਹੀ ਦੇਖਦੇ ਨੇ ਪਿੰਡ ਨਾਲੋਂ ਵੀ ਵੱਡਾ ਦਾ ਕਿ ਕਾਲਜ 'ਤੇ ਆ, ਵੀ ਕਾਲਜ ਦੀ ਚਾਰ ਦੀਵਾਰੀ ਦੇ ਵਿੱਚ ਆ। ਕਾਲਜ ਲਈ, ਕਾਲਜ ਦੇ ਵਿਦਿਆਰਥੀਆਂ ਲਈ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ। ਇਸ ਚੱਕਰ 'ਚ ਜਦੋਂ ਲੋਕ ਲੰਘਦੇ ਨੇ ਇਹੀ ਦੇਖਦੇ ਨੇ ਵੀ ਜੇ ਪਿੰਡ ਦਾ ਛੱਪੜ ਜਾਂ ਜਿਹੜਾ ਕਾਲਜ ਆ ਇਸ ਤਰ੍ਹਾਂ ਦਾ ਤਾਂ ਫਿਰ ਪਿੰਡ ਦੀ ਕੀ ਦੁਰਦਰਸ਼ਾ ਹੋਊਗੀ। ਕੀ ਮੰਗ ਕਰਦੇ ਹੋ? ਮੰਗ ਸਾਡੀ ਇਹੀ ਆ ਵੀ ਜਿਹੜਾ ਕਾਲਜ ਦੀ ਆ ਉਹਦੀ ਚਾਰ ਦੀਵਾਰੀ ਹੋਣੀ ਚਾਹੀਦੀ ਆ, ਇਹ ਛੱਪੜ ਪੂਰਿਆ ਜਾਣਾ ਚਾਹੀਦਾ। ਇਸ ਛੱਪੜ ਦੀ ਥਾਂ 'ਤੇ ਕਿਤੇ ਹੋਰ ਵੀ ਪਿੰਡ 'ਚ ਛੱਪੜ ਦਾ ਪ੍ਰਬੰਧ ਕੀਤਾ ਜਾ ਸਕਦਾ, ਪਿੰਡ ਤੋਂ ਬਾਹਰ ਕੀਤਾ ਜਾ ਸਕਦਾ ਸੀਵਰੇਜ ਪਾ ਕੇ, ਅਤੇ ਛੱਪੜ ਦੀ ਥਾਂ 'ਤੇ ਕੋਈ ਪਾਰਕ ਜਾਂ ਕੋਈ ਖੇਡਣ ਯੋਗ ਲੋਕਾਂ ਦੇ ਆਉਣ ਯੋਗ ਇੱਥੇ ਪਾਰਕ ਬਣਾਈ ਜਾ ਸਕਦੀ।